ਕਲੇਰੀ ਮੈਂ ਅਨਪੜ੍ਹ ਬੰਦੇ ਦਾ ਜਿਹੜਾ ਥਰੋ ਹੁੰਦਾ ਜਿਹਨੂੰ ਕਿ ਪੰਜਾਬੀ ਚ ਪੰਜਾਬੀ ਮੈਨੂੰ ਬੜੀ ਆਉਂਦੀ ਸੀ ਇੰਗਲਿਸ਼ ਜਦੋਂ ਦੀ ਸਿੱਖੀ ਪੰਜਾਬੀ ਭੁੱਲ ਗਏ ਉਹੀ ਹੈ ਨਾ ਆਵਾਜ਼ ਲਾਉਂਦਾ ਆਪਾਂ ਅੱਜ ਗੰਢੇਰੀਆਂ ਦੇ ਪਾਜ ਗੰਢੇਰੀਆਂ ਦੇ ਲੈ ਜਾ ਲੈ ਜਾ ਦੇ ਮੈਂ ਗੰਢੇਰੀਆਂ ਨੂੰ ਕਿਹਾ ਮੈਂ ਕਿਹਾ ਤੂੰ ਮਿਸਰ ਤੋਂ ਆਣ ਕੇ ਵੇਚਣ ਡਿਆ ਵਿੱਚ ਅਰਬੀ ਦੇ ਖਾਣੇ ਦੀ ਅਗਰ ਸਾਡਾ ਲੋਕ ਪੜ੍ਹ ਜਾਣ ਸਾਡੇ ਭਰਾ ਜਿਹੜੇ ਸਟੂਡੈਂਟ ਨੇ ਸਾਰੇ ਪੜ੍ਹ ਜਾਣ ਭਾਵੇਂ ਨੌਕਰੀ ਨਾ ਮਿਲੇ ਗੰਢੇਰੀਆਂ ਵੀ ਵੇਚਣ ਤੇ ਉਹ ਤਰੀਕੇ ਨਾਲ ਵੇਚਣਗੇ ਹੈਲੋ ਭਾਈ ਕਮ ਔਨ ਗੈਂਡਰੀਜ ਚੂਸ ਲੋ ਯੇ ਜੌਂਡਿਸ ਕੇ ਲੀਏ ਅੱਛੀ ਹੋਤੀ ਹੈ ਸ਼ੂਗਰ ਕੇ ਮਰੀਜ਼ੋਂ ਕੇ ਲੀਏ ਯੇ ਅੱਛੀ ਚੀਜ਼ ਨਹੀਂ ਹੈ ਤਾਲੀਮ ਤੁਹਾਡਾ ਮਤਲਬ ਕਹਿਣ ਦਾ ਹੈ ਕਿ ਤਾਲੀਮ ਇੱਕ ਐਸਾ ਐਲੀਮੈਂਟ ਹੈ ਜਿਹਦੇ ਨਾਲ ਜਿਹੜਾ ਗੰਢੇਰੀਆਂ ਵੀ ਵੇਚੇਗਾ ਉਹ ਸਲੀਕੇ ਨਾਲ ਸਲੀਕੇ ਨਾਲ ਜਿਹੜਾ ਇਨਸਾਨ ਹੋ ਜਾਂਦਾ ਨਾ ਜਾਨਵਰ ਸਾਹਿਬ ਤੁਸੀਂ ਨਾ ਪੜ੍ਹ ਸਕੇ ਡਿਊ ਟੂ ਹਾਲਾਤ ਹਾਂਜੀ ਜੋ ਮਜਬੂਰੀਆਂ ਹਾਂਜੀ ਅਮਾਨੁੱਲਾ ਸਾਹਿਬ ਕਿ ਤੁਸੀਂ ਮਾਸ਼ਾਅੱਲਾ ਪੈਰੋਡੀ ਕਰਨ ਦੇ ਬੜੇ ਮਾਹਿਰ ਹੋ ਆਵਾਜ਼ ਕੋਈ ਸੁਣੋ ਤੇ ਤੁਸੀਂ ਫੌਰੀ ਤੌਰ ਤੇ ਉਹਨੂੰ ਕਾਪੀ ਕਰ ਲੈਂਦੇ ਹੋ ਇਹ ਮਾਲਕ ਕਾਇਨਾਤ ਨੇ ਤੁਹਾਨੂੰ ਕੀ ਇੱਕ ਤਰੀਕਾ ਦਿੱਤਾ ਕਿਸ ਨਾਲ ਤੁਸੀਂ ਆਰਟਿਸਟ ਦੀ ਕਾਪੀ ਕਰ ਲੈਂਦੇ ਹੋ ਗਾਉਣ ਵਾਲੇ ਸਪੈਸ਼ਲੀ ਹਾਂਜੀ ਉਹ ਸ਼ਾਇਰੀ ਔਰ ਗਾਣਾ ਜੀ ਉਹਦੇ ਤੋਂ ਪਤਾ ਲੱਗ ਜਾਂਦਾ ਇਹ ਇਨਸਾਨ ਦੀ ਕਿੰਨੀ ਕੁ ਅਪਰੋਚ ਹੋ ਸਕਦੀ ਹੈ ਮੈਂ ਆਪਣੇ ਤੌਰ ਤੇ ਗੱਲ ਕਰ ਰਿਹਾ ਜੀ ਮੈਂ ਤੁਹਾਡੇ ਕੋਲ ਦਰਖਾਸਤ ਕਰਾਂਗਾ ਪੱਟੀ ਸਾਹਿਬ ਗਾਉਂਦੇ ਕਿਸ ਤਰ੍ਹਾਂ ਕੋਈ ਨੀ ਸਾਡੀ ਨਜ਼ਰਾਂ ਤੋਂ ਖੁਈਓ ਕੰਨ ਦੂਰ ਦੱਸ ਜਾਣ ਸਾਡੀ ਨਜ਼ਰਾਂ ਤੋਂ ਖੁਈਓ ਕੰਨ ਦੂਰ ਦੱਸ ਜਾ ਨੀ ਸਾਡਾ ਵੈਰ ਨੇ ਤੂੰ ਕੋਈ ਤੇ ਕਸੂਰ ਦੱਸ ਜਾਣ ਸਾਡੀ ਨਜ਼ਰਾਂ ਤੋਂ ਖੁਈਓ ਕੰਨ ਦੂਰ ਦੱਸ ਜਾਣ ਕਸੂਰ ਦੱਸ ਜਾਣੀ ਤੰਦੂਰ ਦੱਸ ਜਾਣੀ ਗੁਲਾਮ ਅਲੀ ਸਾਹਿਬ ਕਿਸ ਤਰ੍ਹਾਂ ਕਰਦੇ ਗੁਲਾਮ ਅਲੀ ਸਾਹਿਬ ਬੜੀ ਸਾਦਾ ਰੂਹ ਰੱਖਦੇ ਨੇ ਉਹਨਾਂ ਦਾ ਜਿਹੜਾ ਬੋਲਣਾ ਚੱਲਣਾ ਉਹ ਵੀ ਬਿਲਕੁਲ ਹੀ ਸਾਦਾ ਬਿਸਮਿਲ੍ਲਾ ਮੈਂ ਉਹ ਸ਼ੇਰ ਆਪਕੋ ਸੁਣਾ ਰਹਾ ਹੂੰ ਜਿਹੜੇ ਮੈਂ ਰਿਕਾਰਡ ਨਹੀਂ ਕਰਵਾਏ ਦਿਲ ਕੀ ਚੋਟੋਂ ਕਭੀ ਚੈਨ ਸੇ ਰਹਿਣ ਨਾ ਦਿਆ ਜਬ ਚਲੀ ਸਰਦ ਹਵਾ ਮੈਂ ਤੁਝੇ ਯਾਦ ਕੀਆ ਇਸਕਾ ਰੋਣਾ ਨਹੀਂ ਇਸਕਾ ਰੋਣਾ ਨਹੀਂ ਇਸਕਾ ਰੋਣਾ ਨਹੀਂ ਕਿਉਂ ਤੂੰ ਨੇ ਕੀਆ ਦਿਲ ਬਰਬਾਦ ਇਸਕਾ ਗਮ ਹੈ ਕਿ ਬਹੁਤ ਦੇਰ ਮੈਂ ਬਰਬਾਦ ਕੀਆ ਚੁੱਪ ਕੇ ਚੁੱਪ ਕੇ ਰਾਤ ਦਿਨ ਆਸੂ ਬਹਾਨਾ ਯਾਦ ਹੈ ਚੁੱਪ ਕੇ ਚੁੱਪ ਕੇ ਰਾਤ ਦਿਨ ਆਸੂ ਬਹਾਨਾ ਯਾਦ ਹੈ ਤੁਸੀਂ ਆਲਮ ਲਵਾਰ ਸਾਹਿਬ ਦੇ ਇੰਨੇ ਨਜ਼ਦੀਕ ਰਹੇ ਔਰ ਉਹਨਾਂ ਨਾਲ ਕੰਮ ਵੀ ਕੀਤਾ ਲਾਲਾ ਜੀ ਦੇ ਨਾਲ ਜੀ ਜੀ ਤੇ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਜ਼ਰਾ ਬੇਲੀਆਂ ਨੂੰ ਕਾਫੀ ਦੇਰ ਹੋ ਗਈ ਹੋਏਗੀ ਉਹਨਾਂ ਦੀ ਆਵਾਜ਼ ਸੁਣਿਆ ਉਹ ਗਾਉਂਦੇ ਕਿਸ ਤਰ੍ਹਾਂ ਸਨ ਤੇ ਉਹਨਾਂ ਦਾ ਜ਼ਰਾ ਲਹਿਰਾ ਕੀ ਲੈਣ ਦਾ ਸਟਾਈਲ ਸੀ ਗੁਫ਼ਤਗੂ ਗਾਉਣਾ ਵਜਾਉਣਾ ਠੀਕ ਹੈ ਜੀ ਕੰਮ ਵੱਧ ਗਿਆ ਨਾ ਜੀ ਫਿਰ ਸ਼ਾਬਾਸ਼ ਜੋੜੀ ਵਾਲਿਆ ਇਹ ਜੋੜੀ ਵਾਲਾ ਜਿਹੜਾ ਸਾਰੀ ਗੱਲ ਜੋੜੀ ਵਾਲੇ ਤੇ ਪਾ ਦੇਣੀ ਕੋਈ ਕਸੂਰ ਕਿਸੇ ਦਾ ਜੋੜੀ ਵਾਲੇ ਦੇ ਪਾਲਣਾ ਇਹ ਜੋੜੀ ਵਾਲਾ ਜਿਹੜਾ ਇਹ ਮੇਰੇ ਨਾਲ ਵਲੈਤ ਤੱਕ ਗਿਆ ਇਹਨੂੰ ਪੁੱਛ ਲਓ ਕਸਮ ਚੁਕਾ ਲਓ ਕਿ ਮੇਮਾ ਨੇ ਮੈਨੂੰ ਕਿਹੜਾ ਪਾ ਲਿਆ ਏਅਰਪੋਰਟ ਲੰਡਨ ਤੇ ਮੇਮਾ ਮੇਰੇ ਵਾਲਾਂ ਨੂੰ ਛੇੜਨ ਮੈਂ ਗਿਆ ਕੁੜੀਓ ਕੁਛ ਹੈ ਨਾ ਲੜਾ ਪੈਣਾ ਲਓ ਵੀ ਟਿਕਟਾਂ ਲਈ ਜਾਓ ਤੇ ਥੀਏਟਰ ਦੇ ਅੰਦਰ ਆਈ ਜਾਓ ਮੈਂ ਆਲਮ ਲੁਹਾਰ ਬਕਲਮ ਖੁਦ ਗੱਲ ਕਰ ਰਿਹਾ ਸ਼ਾਬਾਸ਼ ਜੋੜੀ ਵਾਲਿਆ ਆਹ ਹਾ ਹਾ ਇਹਨੇ ਬੜਾ ਤੰਗ ਕੀਤਾ ਜੋੜੀ ਵਾਲੇ ਨੇ
ਇਹਨੂੰ ਮੈਂ ਲੰਡਨ ਲੈ ਗਿਆ ਨਵਾਉਣ ਵਾਸਤੇ, ਉੱਥੇ ਗੁਆਚ ਗਿਆ। ਫਿਰ ਜਿਹੜੇ ਕੁੱਤੇ ਨੂੰ ਆਉਂਦੇ ਨੇ ਉਹਨਾਂ ਨੇ ਮੈਨੂੰ ਸਾਬਣ ਦਿੱਤਾ, ਪਰਦੇਸ ਪਰਦੇਸ ਹੀ ਹੁੰਦਾ। ਮੈਂ ਸਾਬਣ ਨੂੰ ਸਾਫ਼ ਸੂਫ ਕਰਕੇ ਫਿਰ ਮੈਂ ਮੁੰਡਿਆਂ ਨੂੰ ਦਿੱਤਾ, ਮੈਂ ਕਿਹਾ ਜਾਓ ਕੱਪੜੇ ਧੋ ਲਓ ਜਾ ਕੇ। ਹੈ ਜੀ ਬੱਚਤ ਹੋ ਗਈ ਨਾ ਜੀ, ਬੱਚਤ ਹੋ ਗਈ। ਮੈਂ ਮਿਰਜ਼ਾ ਜੱਟ ਤੇ ਸਾਹਿਬਾਂ ਪੇਸ਼ ਕੀਤਾ, ਮਹਿਮਾ ਬੜੀਆਂ ਹੈਰਾਨ। ਮਿਰਜ਼ਾ ਜੱਟ ਤੇ ਸਾਹਿਬਾਂ ਕਹਿਣ ਪੰਜਾਬੀ ਮੈਨ, ਤੁਹਾਡੇ ਕਲਚਰ ਚ ਲਵ ਮੈਰਿਜ ਹੁੰਦੀ ਹੈ, ਪਿਆਰ ਮੁਹੱਬਤ ਦੀ ਸ਼ਾਦੀ? ਮੈਂ ਕਿਹਾ ਇੱਕਾ ਦੁੱਕਾ ਕੋਈ ਚਾਂਸ ਹੁੰਦਾ ਹੈ, ਇਹਦੇ ਵੱਡਾ ਭਰਾ ਧੌਣ ਲਾ ਦਿੰਦਾ। ਮੈਂ ਕਿਹਾ ਅੰਗਰੇਜ਼ ਲੋਕ ਨੇ ਪੰਜ ਪੰਜ ਸਾਲ ਇੱਕ ਦੂਸਰੇ ਨੂੰ ਅਜਮਾਉਂਦੇ ਰਹਿੰਦੇ ਨੇ ਕਿ ਮੇਰੇ ਨਾਲ ਸੰਸੀਅਰ ਹੈ ਕਿ ਨਹੀਂ, ਮੇਰੇ ਨਾਲ ਮਤਲਬ ਇਹਦਾ ਏਕਾ ਹੈ ਕਿ ਨਹੀਂ। ਆਹ ਹਾ ਹਾ, ਮੈਂ ਕਿਹਾ ਸਾਡੇ ਪੰਜਾਬ ਦੀਆਂ ਰਸਮਾਂ ਨੇ ਹਜਾਬ ਬੜਾ ਹੈ, ਦੁਲੇ ਨੇ ਦੁਲਹਨ ਨਹੀਂ ਵੇਖੀ ਹੁੰਦੀ, ਲਾੜੇ ਨੇ ਦੁਲਹਨ ਨਹੀਂ ਵੇਖੀ ਹੁੰਦੀ। ਅੱਲਾ ਦੇ ਆਸਰੇ ਤੇ ਵਿਆਹ ਵਾਲੇ ਦਿਨ ਪਤਾ ਲੱਗਦਾ ਘੁੰਡ ਚੁੱਕਿਆ ਜਾਂ ਤਿੰਨ ਕਾਣੇ ਜਾਂ ਪਾਉਂ ਬਾਰਾਂ। ਕਈ ਵਾਰੀ ਘੁੰਡ ਚੁੱਕਿਆ, ਸਾਡੀਆਂ ਭਰਜਾਈਆਂ ਠੀਕ ਹੁੰਦੀਆਂ ਨੇ, ਕਈ ਵਾਰੀ ਵਿਚਾਰੀਆਂ ਮਾਨਵੇਂ ਹੁੰਦੀਆਂ, ਅੱਖ ਹੀ ਨਹੀਂ ਹੁੰਦੀ। ਕਹਿ ਲੋਕੀ ਇਧਰੋਂ ਸਲਾਮੀਆਂ ਫੜਾਉਂਦੇ, ਇਧਰੋਂ ਫੜਨ ਡਈ ਹੁੰਦੀ। ਮਹਿਮਾ ਬੜੀਆਂ ਹੈਰਾਨ। ਮੈਂ ਮਲਕਾ ਲਜਪਤ ਦੀ ਸਾਲਗਿਰਾ ਤੇ ਗਿਆ ਸਾਂ, ਉਦੋਂ ਲੇਡੀ ਡਿਆਨਾ ਕੁੱਛੜ ਸੀ, ਸ਼ਹਿਜ਼ਾਦਾ ਚਾਰਲਸ ਭੱਜਾ ਫਿਰੇ ਤਿੰਨਾਂ ਪਹੀਆਂ ਵਾਲੀ ਸਾਈਕਲ ਤੇ। ਮੈਨੂੰ ਮੈਂ ਅੰਦਾਜ਼ਾ ਬੇਬੇ ਆਪਣੀ ਨੂੰ ਕਵੇ ਮਲਕਾ ਕੋਇਨ ਨੂੰ ਕਿ ਬੇਬੇ ਮੈਂ ਬਰਫ਼ ਵਾਲਾ ਗੋਲਾ ਚੂਪਣਾ ਹੈ। ਮੈਂ ਉਹਦਾ ਨਿਆਂ ਕੀਤਾ। ਨਿਆਂ ਕਹਿੰਦੇ ਨੇ ਫੈਸਲੇ ਨੂੰ, ਨਿਆਂ ਕੀਤਾ ਜਿਸ ਵੇਲੇ ਤੇ ਮਹਿਮਾ ਹੈਰਾਨ। ਮੈਂ ਅੰਦਾਜ਼ਾ ਲਾਇਆ ਕਿ ਬੱਚਾ ਭਾਵੇਂ ਸਾਡੇ ਗਰੀਬਾਂ ਦਾ ਹੋਵੇ ਤੇ ਭਾਵੇਂ ਬਾਦਸ਼ਾਹਾਂ ਦਾ, ਮੰਗਦਾ ਮਾਂ ਕੋਲੋਂ ਬਰਫ਼ ਵਾਲਾ ਗੋਲਾ ਹੀ। ਮੈਂ ਮਿਰਜ਼ਾ ਤੇ ਮਿਰਜ਼ਾ ਜੱਟ ਤੇ ਸਾਹਿਬਾਂ ਕਿਸ ਤਰ੍ਹਾਂ ਪੇਸ਼ ਕੀਤੀ। ਉਮਾ ਨੀਲ ਕਰਾਈਆਂ ਨੀਲ ਕਾਮਰ ਪਰ ਮਨ ਨੀਲੋ ਨੀਲੋ ਮੈਂ ਸੌਦੇ ਕੀਤੇ ਦਿਲਾਂ ਦੇ। ਚਾਨਣੀ ਤੇ ਪੂਣੀ ਵਰਗੀ